ਲੁਧਿਆਣਾ ਦੇ ਸੀਆਈਏ ਦੋ ਦੇ ਪੁਲਿਸ ਨੇ ਇੱਕ ਅਠਵੀਂ ਪਾਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਵਿਧਾਇਕ ਕਾਉਂਸਲਰ ਅਤੇ ਸਰਪੰਚਾਂ ਦੀਆਂ ਜਾਲੀ ਮੋਹਰਾਂ ਲਾ ਕੇ ਸਰਕਾਰੀ ਦਫਤਾਵੇਜ ਬਣਾ ਰਿਹਾ ਸੀ ਇਸ ਤੋਂ ਇਲਾਵਾ ਉਸ ਦੇ ਬਦਲੇ ਮੋਟੀ ਰਕਮ ਵਸੂਲਦਾ ਸੀ ਮੁਲਜ਼ਮ ਬਸਤੀ ਜੋਧੇਵਾਲ ਦੀ ਨੂਰਵਾਲਾ ਰੋਡ ਦਾ ਰਹਿਣ ਵਾਲਾ ਅਪਤਾਰ ਸਿੰਘ ਹੈ ਪੁਲਿਸ ਨੇ ਉਸ ਕੋਲੋਂ ਤੇਰਾ ਪੈਨ ਕਾਰਡ ਨੋਧਾਰ ਕਾਰਡ ਦੋ ਵੋਟਰ ਕਾਰਡ ਅਸੀਂ ਖਾਲੀ ਪੈਨ ਕਾਰਡ 40 ਖਾਲੀ ਵੋਟਰ ਕਾਰਡ 200 ਖਾਲੀ ਆਧਾਰ ਕਾਰ ਦੋ ਖਾਲੇ ਚਿਪ ਵਾਲੀ ਆਰਸੀ ਨੋ ਜਾਲੀ ਮੋਰਾ ਦਸਤਾਵੇਜ਼ ਵਾਲੇ ਫਾਰਮ ਬਰਾਮਦ ਕੀਤੇ ਨੇ ਮੁਲਜ਼ਮ ਪੁਲਿਸ ਸਰਮਾਂਡ ਤੇ ਐ ਸੋ ਦੱਸਿਆ ਜਾ ਰਿਹਾ ਹੈ ਕਿ ਏਡੀਸੀਪੀ ਸਰਾ ACP ਗੁਰਪ੍ਰੀਤ ਸਿੰਘ ਤੇ ਇੰਚਾਰਜ ਬੇਅੰਤ ਜੁਨੇਜਰ ਦੱਸਿਆ ਕਿ ਉਹਨਾਂ ਦੀ CIA 2 ਦੀ ਟੀਮ ਗਸ਼ਤ ਤੇ ਮੌਜੂਦ ਸੀ ਸੂਚਨਾ ਮਿਲੀ ਹੈਬੋਵਾਲ ਦੇ ਪਵਿੱਤਰ ਨਗਰ ਚਫਤਾਸ ਸਿੰਘ ਦਾ ਕੈਫੇ ਹੈ ਜਿੱਥੇ ਉਹ ਪੈਨ ਕਾਰਡ ਆਧਾਰ ਕਾਰਡ ਅਤੇ ਹੋਰ ਵੱਖ-ਵੱਖ ਦਸਤਾਵੇਜ਼ ਬਣਾਉਂਦਾ ਹੈ ਇਹਨਾਂ ਦਸਤਾਵੇਜ਼ਾਂ ਨੂੰ ਬਣਾਉਣ ਲਈ ਵਿਧਾਇਕ ਕੌਂਸਲ ਤੇ ਸਰਪੰਚ ਦੀਆਂ ਮੋਹਰਾਂ ਦੀ ਲੋੜ ਹੁੰਦੀ ਸੀ ਮੁਲਜ਼ਮ ਨੇ ਜਾਲੀ ਮੋਹਰਾ ਬਣਾਈਆਂ ਸੀ ਜੋ ਜਾਲੀ ਮੋਹਰਾ ਲਾ ਕੇ ਉਸਤੇ ਵਿਧਾਇਕ ਕੌਂਸਲ ਸਰਪੰਚ ਦਸਤਖਤ ਵੀ ਖੁਦ ਹੀ ਕਰ ਦਿੰਦਾ ਸੀ ਉਸ ਤੋਂ ਬਾਅਦ ਮੁਲਜ਼ਮ ਨੂੰ ਛਾਪੇ ਮਾਰੀ ਕਰਕੇ ਫੜ ਲਿਆ ਅੱਗੇ ਐਸੋ ਪੁਲਿਸ ਦਾ ਕਹਿਣਾ ਹੈ ਮੁੱਢਲੀ ਜਾਂਚ ਵਿੱਚ ਉਸ ਕੋਲ ਸਰਕਾਰੀ ਦਸਤਾਵੇਜ਼ ਅਤੇ ਜਾਲੀ ਮੋਹਰਾ ਬਰਾਮਦ ਹੋਈਆਂ ਨੇ ਪੁਲਿਸ ਦਾ ਕਹਿਣਾ ਹੈ ਕਿ ਮੌਜੂਮੇ ਕੰਮ ਕਰਨ ਬਦਲੇ ਮੋਟੀ ਰਕਮ ਲੈਂਦਾ ਸੀ ਹੁਣ ਮੌਜੂਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਹੋਰ ਕਿੰਨੇ ਲੋਕਾਂ ਦੀ ਜਾਲੀ ਮੋਹਰਾ ਬਣਾਈਆਂ ਹੋਈਆਂ ਨੇ ਅਤੇ ਉਸ ਦੇ ਨਾਲ ਹੋਰ ਇਸ ਧੰਦੇ 'ਚ ਕੌਣ-ਕੌਣ ਸ਼ਾਮਲ ਹੈ ਲੁਧਿਆਣਾ ਦੇ ਸੀਆਈਏ 2 ਦੇ ਪੁਲਿਸ ਨੇ ਇੱਕ 8ਵੀਂ ਪਾਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਵਿਧਾਇਕ ਕਾਉਂਸਲਰ ਅਤੇ ਸਰਪੰਚਾਂ ਦੀਆਂ ਜਾਲੀ ਮੋਹਰਾਂ ਲਾ ਕੇ ਸਰਕਾਰੀ ਦਫਤਾਵੇਜ ਬਣਾ ਰਿਹਾ ਸੀ ਇਸ ਤੋਂ ਇਲਾਵਾ ਉਸ ਦੇ ਬਦਲੇ ਮੋਟੀ ਰਕਮ ਵਸੂਲਦਾ ਸੀ ਮੁਲਜ਼ਮ ਬਸਤੀ ਜੋਧੇਵਾਲ ਦੀ ਨੂਰਵਾਲਾ ਰੋਡ ਦਾ ਰਹਿਣ ਵਾਲਾ ਅਪਤਾਰ ਸਿੰਘ ਹੈ ਪੁਲਿਸ ਨੇ ਉਸ ਕੋਲੋਂ ਤੇਰਾ ਪੈਨ ਕਾਰਡ ਨੋ ਹਾਰਡ ਕਾਰਡ ਦੋ ਵੋਟਰ ਕਾਰਡ ਅਸੀਂ ਖਾਲੀ ਪੈਨ ਕਾਰਡ 40 ਖਾਲੀ ਵੋਟਰ ਕਾਰਡ 200 ਖਾਲੀ ਆਧਾਰ卡ਰ 2 ਖਾਲੇ ਚਿਪ ਵਾਲੀ ਆਰਸੀ 9 ਜਾਲੀ ਮੋਹਰਾ ਦਸਤਾਵੇਜ਼ ਵਾਲੇ ਫਾਰਮ ਬਰਾਮਦ ਕੀਤੇ ਨੇ ਮੁਲਜ਼ਮ ਪੁਲਿਸ ਸਰਮਾਂਡ ਤੇ ਐ ਸੋ ਦੱਸਿਆ ਜਾ ਰਿਹਾ ਹੈ ਕਿ ਏਡੀਸੀਪੀ ਸਰਾ ACP ਗੁਰਪ੍ਰੀਤ ਸਿੰਘ ਤੇ ਇੰਚਾਰਜ ਬੇਅੰਤ ਜੁਨੇਜਰ ਦੱਸਿਆ ਕਿ ਉਹਨਾਂ ਦੀ CIA 2 ਦੀ ਟੀਮ ਗਸ਼ਤ ਤੇ ਮੌਜੂਦ ਸੀ ਸੂਚਨਾ ਮਿਲੀ ਹੈਬੋਵਾਲ ਦੇ ਪਵਿੱਤਰ ਨਗਰ ਚਫਤਾਜ ਸਿੰਘ ਦਾ ਕੈਫੇ ਹੈ ਜਿੱਥੇ ਉਹ ਪੈਨ ਕਾਰਡ ਆਧਾਰ ਕਾਰਡ ਅਤੇ ਹੋਰ ਵੱਖ-ਵੱਖ ਦਸਤਾਵੇਜ਼ ਬਣਾਉਂਦਾ ਹੈ ਇਹਨਾਂ ਦਸਤਾਵੇਜ਼ਾਂ ਨੂੰ ਬਣਾਉਣ ਲਈ ਵਿਧਾਇਕ ਕੌਂਸਲ ਤੇ ਸਰਪੰਚ ਦੀਆਂ ਮੋਹਰਾਂ ਦੀ ਲੋੜ ਹੁੰਦੀ ਸੀ ਮੁਲਜ਼ਮ ਨੇ ਜਾਲੀ ਮੋਹਰਾ ਬਣਾਈਆਂ ਸੀ ਜੋ ਜਾਲੀ ਮੋਹਰਾ ਲਾ ਕੇ ਉਸਤੇ ਵਿਧਾਇਕ ਕੌਂਸਲ ਸਰਪੰਚ ਦਸਤਖਤ ਵੀ ਖੁਦ ਹੀ ਕਰ ਦਿੰਦਾ ਸੀ ਉਸ ਤੋਂ ਬਾਅਦ ਮੁਲਜ਼ਮ ਨੂੰ ਛਾਪੇ ਮਾਰੀ ਕਰਕੇ ਫੜ ਲਿਆ ਅੱਗੇ ਐਸੋ ਪੁਲਿਸ ਦਾ ਕਹਿਣਾ ਹੈ ਮੁੱਢਲੀ ਜਾਂਚ ਵਿੱਚ ਉਸ ਕੋਲ ਸਰਕਾਰੀ ਦਸਤਾਵੇਜ਼ ਅਤੇ ਜਾਲੀ ਮੋਹਰਾ ਬਰਾਮਦ ਹੋਈਆਂ ਨੇ ਪੁਲਿਸ ਦਾ ਕਹਿਣਾ ਹੈ ਕਿ ਮੌਜੂਮੇ ਕੰਮ ਕਰਨ ਬਦਲੇ ਮੋਟੀ ਰਕਮ ਲੈਂਦਾ ਸੀ ਹੁਣ ਮੌਜੂਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਹੋਰ ਕਿੰਨੇ ਲੋਕਾਂ ਦੀ ਜਾਲੀ ਮੋਹਰਾ ਬਣਾਈਆਂ ਹੋਈਆਂ ਨੇ ਅਤੇ ਉਸ ਦੇ ਨਾਲ ਹੋਰ ਇਸ ਧੰਦੇ 'ਚ ਕੌਣ-ਕੌਣ ਸ਼ਾਮਲ ਹੈ ਲੁਧਿਆਣਾ ਦੇ ਸੀਆਈਏ ਦੋ ਦੇ ਪੁਲਿਸ ਨੇ ਇੱਕ ਅਠਵੀਂ ਪਾਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਵਿਧਾਇਕ ਕਾਉਂਸਲਰ ਅਤੇ ਸਰਪੰਚਾਂ ਦੀਆਂ ਜਾਲੀ ਮੋਹਰਾਂ ਲਾ ਕੇ ਸਰਕਾਰੀ ਦਫਤਾਵੇਜ ਬਣਾ ਰਿਹਾ ਸੀ ਇਸ ਤੋਂ ਇਲਾਵਾ ਉਸ ਦੇ ਬਦਲੇ ਮੋਟੀ ਰਕਮ ਵਸੂਲਦਾ ਸੀ ਮੁਲਜ਼ਮ ਬਸਤੀ ਜੋਧੇਵਾਲ ਦੀ ਨੂਰਵਾਲਾ ਰੋਡ ਦਾ ਰਹਿਣ ਵਾਲਾ ਅਪਤਾਰ ਸਿੰਘ ਹੈ ਪੁਲਿਸ ਨੇ ਉਸ ਕੋਲੋਂ 13 ਪੈਨ ਕਾਰਡ ਨੋਧਾਰ ਕਾਰਡ ਦੋ ਵੋਟਰ ਕਾਰਡ ਅਸੀਂ ਖਾਲੀ ਪੈਨ ਕਾਰਡ 40 ਖਾਲੀ ਵੋਟਰ ਕਾਰਡ 200 ਖਾਲੀ ਆਧਾਰ ਕਾਰ ਦੋ ਖਾਲੇ ਚਿਪ ਵਾਲੀ ਆਰਸੀ ਨੋ ਜਾਲੀ ਮੋਰਾ ਦਸਤਾਵੇਜ਼ ਵਾਲੇ ਫਾਰਮ ਬਰਾਮਦ ਕੀਤੇ ਨੇ ਮੁਲਜ਼ਮ ਪੁਲਿਸ ਸਰਮਾਂਡ ਤੇ ਐ ਸੋ ਦੱਸਿਆ ਜਾ ਰਿਹਾ ਹੈ ਕਿ ਏਡੀਸੀਪੀ ਸਰਾ ACP ਗੁਰਪ੍ਰੀਤ ਸਿੰਘ ਤੇ ਇੰਚਾਰਜ ਬੇਅੰਤ ਜੁਨੇਜਰ ਦੱਸਿਆ ਕਿ ਉਹਨਾਂ ਦੀ CIA 2 ਦੀ ਟੀਮ ਗਸ਼ਤ ਤੇ ਮੌਜੂਦ ਸੀ ਸੂਚਨਾ ਮਿਲੀ ਹੈਬੋਵਾਲ ਦੇ ਪਵਿੱਤਰ ਨਗਰ ਚਫਤਾਜ ਸਿੰਘ ਦਾ ਕੈਫੇ ਹੈ ਜਿੱਥੇ ਉਹ ਪੈਨ ਕਾਰਡ ਆਧਾਰ ਕਾਰਡ ਅਤੇ ਹੋਰ ਵੱਖ-ਵੱਖ ਦਸਤਾਵੇਜ਼ ਬਣਾਉਂਦਾ ਹੈ ਇਹਨਾਂ ਦਸਤਾਵੇਜ਼ਾਂ ਨੂੰ ਬਣਾਉਣ ਲਈ ਵਿਧਾਇਕ ਕੌਂਸਲ ਤੇ ਸਰਪੰਚ ਦੀਆਂ ਮੋਹਰਾਂ ਦੀ ਲੋੜ ਹੁੰਦੀ ਸੀ ਮੁਲਜ਼ਮ ਨੇ ਜਾਲੀ ਮੋਹਰਾ ਬਣਾਈਆਂ ਸੀ ਜੋ ਜਾਲੀ ਮੋਹਰਾ ਲਾ ਕੇ ਉਸਤੇ ਵਿਧਾਇਕ ਕੌਂਸਲ ਸਰਪੰਚ ਦਸਤਖਤ ਵੀ ਖੁਦ ਹੀ ਕਰ ਦਿੰਦਾ ਸੀ ਉਸ ਤੋਂ ਬਾਅਦ ਮੁਲਜ਼ਮ ਨੂੰ ਛਾਪੇ ਮਾਰੀ ਕਰਕੇ ਫੜ ਲਿਆ ਅੱਗੇ ਐਸੋ ਪੁਲਿਸ ਦਾ ਕਹਿਣਾ ਹੈ ਮੁੱਢਲੀ ਜਾਂਚ ਵਿੱਚ ਉਸ ਕੋਲ ਸਰਕਾਰੀ ਦਸਤਾਵੇਜ਼ ਅਤੇ ਜਾਲੀ ਮੋਹਰਾ ਬਰਾਮਦ ਹੋਈਆਂ ਨੇ ਪੁਲਿਸ ਦਾ ਕਹਿਣਾ ਹੈ ਕਿ ਮੌਜੂਮੇ ਕੰਮ ਕਰਨ ਬਦਲੇ ਮੋਟੀ ਰਕਮ ਲੈਂਦਾ ਸੀ ਹੁਣ ਮੌਜੂਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਹੋਰ ਕਿੰਨੇ ਲੋਕਾਂ ਦੀ ਜਾਲੀ ਮੋਹਰਾ ਬਣਾਈਆਂ ਹੋਈਆਂ ਨੇ ਅਤੇ ਉਸ ਦੇ ਨਾਲ ਹੋਰ ਇਸ ਧੰਦੇ 'ਚ ਕੌਣ-ਕੌਣ ਸ਼ਾਮਲ ਹੈ